ਸਾਨੂੰ ਕਲਾਸ ਵਿੱਚ ਤੇ ਮੇਰੇ ਪਾਪਾ ਪਹਿਲਾਂ ਲੱਕੜ ਦਾ ਕੰਮ ਕਰਦੇ ਸੀ ਤੇ ਉਹਨਾਂ ਦਾ ਕੰਮ ਹੁਣ ਬੰਦ ਹੋ ਗਿਆ ਸੀ ਨਾਲੇ ਉਹਨਾਂ ਕੋਲ ਕੰਮ ਵੀ ਨਹੀਂ ਹੁੰਦਾ ਤੇ ਤਾਂ ਕਰਕੇ ਮਹੀਨਾ ਹੋ ਗਿਆ ਸੀ ਉਹ ਵਿਹਲੇ ਬੈਠੇ ਸੀ ਕੋਈ ਨਾ ਕੋਈ ਕੰਮ ਤਾਂ ਕਰਨਾ ਪੈਣਾ ਰੋਟੀ ਤਾਂ ਖਾਣੀ ਆ ਤੇ ਇਸ ਕਰਕੇ ਫਿਰ ਅਸੀਂ ਆਹ ਆਪਣੀ ਛੁੱਟੀ ਕਾਟ ਸ਼ੁਰੂ ਕੀਤੀ ਆ ਵੀ ਚਲੋ ਵੀ ਹੈ ਨਾ ਵੀ ਕੰਮ ਸ਼ੁਰੂ ਕੀਤਾ ਆਪਾਂ ਛੋਟਾ ਜਿਹਾ ਇੱਕ ਤੇ ਵੀ ਕੱਲ੍ਹ ਨੂੰ ਰੋਟੀ ਪਾਣੀ ਵੀ ਖਾਣਾ ਆ ਤੇ ਤਾਂ ਕਰਕੇ ਖਰਚੇ ਨਹੀਂ ਨਿਕਲਦੇ ਸੀ ਘਰ ਦੇ ਸਾਡਾ ਘਰ ਵੀ ਕਿਰਾਏ 'ਤੇ ਆ ਅਤੇ ਦੁਕਾਨ ਨਹੀਂ ਜੀ ਤਾਂ ਕਰਦਾ ਆ ਖੇਡਣ ਨੂੰ ਪਰ ਘਰ ਦੀਆਂ ਮਜਬੂਰੀਆਂ ਵੀ ਹੁੰਦੀਆਂ ਵਾ ਘਰ ਦੀਆਂ ਮਜਬੂਰੀਆਂ ਕਰਕੇ ਫਿਰ ਆਹ ਕੰਮ ਸ਼ੁਰੂ ਕੀਤਾ ਸੀ ਨਹੀਂ ਤਾਂ ਬਾਕੀ ਕੌਣ ਕਰਦਾ ਕੰਮ ਕੋਈ ਕਰਕੇ ਕੰਮ ਰਾਜੀ ਨਹੀਂ ਅੱਜ ਕੱਲ੍ਹ ਵੀ ਗੱਤਕੇ ਦਾ ਪਲੇਅਰ ਹੈਗਾ ਆ ਮਤਲਬ ਮੈਂ ਵੀ ਗੱਤਕਾ ਖੇਡਦਾ ਹਾਂ ਸਾਡਾ ਵੀ ਗੱਤਕਾ ਗਰੁੱਪ ਹੈਗਾ ਪੰਥਕਾਲੀ ਗੱਤਕਾ ਗਰੁੱਪ ਅਤੇ ਮੈਂ ਵੀ ਉਹਦੇ ਵਿੱਚ ਖੇਡਦਾ ਹਾਂ ਅਤੇ ਪਰ ਹੁਣ ਆ ਕੰਮ ਕਰਕੇ ਘਰ ਦੀਆਂ ਮਜਬੂਰੀਆਂ ਕਰਕੇ ਮੈਨੂੰ ਵੀ ਆਪਣੀ ਖੇਡ ਛੱਡਣੀ ਪਈ ਹੈ ਬਸ ਬਾਬਾ ਜੀ ਜਿਹੜਾ ਮੈਨੇਜ ਕਰਾਈ ਜਾਂਦੇ ਆ ਉਸ ਤਰ੍ਹਾਂ ਕਿੱਥੇ ਆਪਾਂ ਤਾਂ ਬਸ ਉਹਨੇ ਕਿਹਾ ਵੀ ਮਿਹਨਤ ਤੇਰੀ ਰਹਿਮਤ ਮੇਰੀ ਬਸ ਉਹ ਕੰਮ ਆਪਾਂ ਕਰੀ ਜਾਂਦੇ ਹਾਂ ਬਾਕੀ ਫਲ ਉਹਦਾ ਉਹਨੇ ਕਿਹਾ ਮਿਹਨਤ ਕਰੀ ਜਾਓ ਫਲ ਆਪੇ ਦਊਗਾ ਇਹ ਨਹੀਂ ਵੀ ਆਪਾਂ ਨੂੰ ਸੋਚਣਾ ਚਾਹੀਦਾ ਵੀ ਇਹ ਕੰਮ ਛੋਟਾ ਕੋਈ ਕੰਮ ਵੱਡਾ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਅਤੇ ਬਸ ਕੰਮ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਦਰਸ਼ਕੋ ਅਸੀਂ ਅੱਜ ਤੁਹਾਨੂੰ ਇੱਕ ਐਸੀ ਕਹਾਣੀ ਦੇ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਦੋ ਇਹ ਜੋ ਕਹਾਣੀ ਆ ਦੋ ਭਰਾਵਾਂ ਦੇ ਨਾਲ ਜੁੜੀ ਕਹਾਣੀ ਆ ਜਿਸ ਦੇ ਵਿੱਚ ਕਿ ਗੁਰਸਿੱਖੀ ਦੇ ਵਿੱਚ ਜੋ ਦੋ ਨਿੱਕੇ ਨਿੱਕੇ ਵੀਰ ਆਪਣੇ ਇੱਕ ਰੇਹੜੀ ਦੇ ਰੂਪ ਦੇ ਵਿੱਚ ਦੁਕਾਨ ਚਲਾਉਂਦੇ ਹੋਏ ਦਿਖਾਈ ਦੇ ਰਹੇ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਵਿਸ਼ਵਜੀਤ ਅਤੇ ਉਸਦੇ ਨਾਲ ਉਸਦਾ ਛੋਟਾ ਵੀਰ ਇਸ਼ਾਨਜੀਤ ਜਿਨ੍ਹਾਂ ਦੀ ਉਮਰ ਮਹਿਜ ਇਸ਼ਾਨ ਦੀ ਗੱਲ ਕਰ ਲਈਏ ਤਾਂ ਮਹਿਜ 8 ਸਾਲ ਅਤੇ ਵਿਸ਼ਵ ਦੀ ਗੱਲ ਕਰ ਲਈਏ ਤਾਂ ਮਹਿਜ 16 ਸਾਲ ਦੀ ਉਮਰ ਦੇ ਵਿੱਚ ਜੋ ਆਪਣੇ ਘਰ ਦੇ ਹਾਲਾਤਾਂ ਤੋਂ ਮਜਬੂਰ ਹੋ ਕੇ ਜੋ ਇੱਕ ਰੇਹੜੀ ਦੇ ਰੂਪ ਦੇ ਵਿੱਚ ਜੋ ਆਪਣੀ ਦੁਕਾਨ ਚਲਾਉਂਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਨਿੱਕੇ ਨਿੱਕੇ ਵੀਰ ਕਿਵੇਂ ਜੋ ਆਪਣੇ ਘਰਦਿਆਂ ਦਾ ਆਪਣੇ ਮਾਂ ਬਾਪ ਦਾ ਹੱਥ ਵਡਾਉਂਦੇ ਹੋਏ ਜੋ ਹੈ ਦਿਖਾਈ ਦੇ ਰਹੇ ਨੇ ਅਤੇ ਗੱਲ ਜ਼ਰੂਰ ਕਰਾਂਗੇ ਇਹਨਾਂ ਵੀਰਾਂ ਦੇ ਨਾਲ ਜੀ ਵਿਸ਼ਵ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਥੋੜ੍ਹੀ ਝਾਤ ਪਾਓ ਕਿ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਅਤੇ ਕਿਵੇਂ ਜੋ ਘਰ ਦਾ ਗੁਜ਼ਾਰਾ ਕਰਦੇ ਅਤੇ ਇਸ ਗੱਲ ਕਰ ਲਈ ਇਸ ਦੁਕਾਨ ਦੀ ਤਾਂ ਕਿਵੇਂ ਇਹ ਦਿਮਾਗ 'ਚ ਕਿਵੇਂ ਆਇਆ ਕਿ ਆਪਾਂ ਘਰ ਦਾ ਜੋ ਆ ਹਾਲਾਤ ਠੀਕ ਕਰਨ ਵਾਸਤੇ ਦੁਕਾਨ ਚਲਾਉਣੀ ਆ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਅਤੇ ਮੈਂ ਪੜ੍ਹਦਾ ਜੀ ਪਲੱਸ 1 ਕਲਾਸ ਵਿੱਚ ਅਤੇ ਮੇਰੇ ਪਾਪਾ ਪਹਿਲਾਂ ਲੱਕੜ ਦਾ ਕੰਮ ਕਰਦੇ ਸੀ ਅਤੇ ਉਹਨਾਂ ਦਾ ਕੰਮ ਹੁਣ ਬੰਦ ਹੋ ਗਿਆ ਸੀ ਨਾਲੇ ਉਹਨਾਂ ਕੋਲ ਕੰਮ ਵੀ ਨਹੀਂ ਹੁੰਦਾ ਅਤੇ ਤਾਂ ਕਰਕੇ ਮਹੀਨਾ ਹੋ ਗਿਆ ਸੀ ਉਹ ਵਿਹਲੇ ਬੈਠੇ ਸੀ ਅਤੇ ਤਾਂ ਕਰਕੇ ਫਿਰ ਉਹ ਹੁਣ ਕੋਈ ਨਾ ਕੋਈ ਕੰਮ ਤਾਂ ਕਰਨਾ ਪੈਣਾ ਰੋਟੀ ਤਾਂ ਖਾਣੀ ਆ ਅਤੇ ਇਸ ਕਰਕੇ ਫਿਰ ਅਸੀਂ ਆਹ ਆਪਣੀ ਛੁੱਟੀ ਕਾਟ ਸ਼ੁਰੂ ਕੀਤੀ ਆ ਵੀ ਚਲੋ ਵੀ ਹੈ ਨਾ ਵੀ ਕੰਮ ਸ਼ੁਰੂ ਕੀਤਾ ਆਪਾਂ ਛੋਟਾ ਜਿਹਾ ਇੱਕ ਅਤੇ ਵੀ ਕੱਲ੍ਹ ਨੂੰ ਰੋਟੀ ਪਾਣੀ ਵੀ ਖਾਣਾ ਆ ਅਤੇ ਤਾਂ ਕਰਕੇ ਖਰਚੇ ਨਹੀਂ ਨਿਕਲਦੇ ਸੀ ਘਰ ਦੇ ਸਾਡਾ ਘਰ ਵੀ ਕਿਰਾਏ 'ਤੇ ਆ ਅਤੇ ਦੁਕਾਨ ਵੀ ਕਿਰਾਏ 'ਤੇ ਆ ਅਤੇ ਇੱਕੋ ਛੱਤ ਥੱਲੇ ਅਸੀਂ ਕਰਜ਼ੇ ਦੇ ਉੱਤੇ ਵੀ ਦੱਬੇ ਹੋਏ ਹਾਂ ਅਤੇ ਉਹ ਇਸ ਕਰਕੇ ਅਸੀਂ ਮੇਰਾ ਕਾਰਡ ਸ਼ਿਫਟੀ ਸ਼ੁਰੂ ਕੀਤੀ ਜੇ ਪਰ ਵਿਸ਼ਵ ਲੱਗਦਾ ਨਹੀਂ ਕਿ ਉਮਰ ਕਾਫੀ ਛੋਟੀ ਹੈ ਇਸ ਉਮਰ ਦੇ ਵਿੱਚ ਅਕਸਰ ਜੋ ਬੱਚੇ ਹੁੰਦੇ ਨੇ ਜੇ ਗੱਲ ਕਰ ਲਈਏ ਤਾਂ ਕਹਿ ਲਈਏ ਕਿ ਪੜ੍ਹਾਈ ਦੇ ਵਿੱਚ ਜਾਂ ਕਿਸੇ ਨਾ ਕਿਸੇ ਖੇਡਾਂ ਦੇ ਵਿੱਚ ਰੁੱਝੇ ਹੁੰਦੇ ਨੇ ਪਰ ਤੁਸੀਂ ਉਸ ਉਮਰ ਦੇ ਵਿੱਚ ਆਪਣੀ ਇਹ ਤੂੰ ਦੁਕਾਨ ਚਲਾ ਰਹੇ ਹੋ ਤੁਸੀਂ ਨਹੀਂ ਜੀ ਤਾਂ ਕਰਦਾ ਆ ਖੇਡਣ ਨੂੰ ਪਰ ਘਰ ਦੀਆਂ ਮਜਬੂਰੀਆਂ ਵੀ ਹੁੰਦੀਆਂ ਵਾ ਘਰ ਦੀਆਂ ਮਜਬੂਰੀਆਂ ਕਰਕੇ ਫਿਰ ਆਹ ਕੰਮ ਸ਼ੁਰੂ ਕੀਤਾ ਸੀ ਨਹੀਂ ਤਾਂ ਬਾਕੀ ਕੌਣ ਕਰਦਾ ਕੰਮ ਕੋਈ ਕਰਕੇ ਕੰਮ ਰਾਜੀ ਨਹੀਂ ਅੱਜ ਕੱਲ੍ਹ ਵੀ ਅੱਜ ਕੱਲ੍ਹ ਦੇ ਬੱਚੇ ਵੈਸੇ ਵੀ ਕੋਈ ਕੰਮ ਕਰਕੇ ਨਹੀਂ ਰਾਜੀ ਅਤੇ ਵੈਸੇ ਮੈਂ ਵੀ ਮਤਲਬ ਗੱਤਕੇ ਦਾ ਪਲੇਅਰ ਹੈਗਾ ਹਾਂ ਮਤਲਬ ਮੈਂ ਵੀ ਗੱਤਕਾ ਖੇਡਦਾ ਹਾਂ ਸਾਡਾ ਵੀ ਗੱਤਕਾ ਗਰੁੱਪ ਹੈਗਾ ਪੰਥਕਾਲੀ ਗੱਤਕਾ ਗਰੁੱਪ ਅਤੇ ਮੈਂ ਵੀ ਉਹਦੇ ਵਿੱਚ ਖੇਡਦਾ ਹਾਂ ਅਤੇ ਪਰ ਹੁਣ ਆਹ ਕੰਮ ਕਰਕੇ ਘਰ ਦੀਆਂ ਮਜਬੂਰੀਆਂ ਕਰਕੇ ਮੈਨੂੰ ਵੀ ਆਪਣੀ ਖੇਡ ਛੱਡਣੀ ਪਈ ਹੈ ਵਿਸ਼ਵ ਜੇਕਰ ਗੱਲ ਕਰ ਲਈਏ ਕਿ ਤੁਹਾਡੀ ਸਟੱਡੀ ਦੀ ਤਾਂ ਪੜ੍ਹਾਈ ਕਿਵੇਂ ਜੋ ਨਾਲ ਕੰਟੀਨਿਊ ਕਰਦੇ ਹੋ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਘਰ ਵੀ ਜੋ ਹੈ ਰੈਂਟ 'ਤੇ ਆ ਇਹ ਜੋ ਤੁਸੀਂ ਕਹਿ ਸਕਦੇ ਕਿ ਰੇਹੜੀ ਦੇ ਰੂਪ 'ਚ ਜੋ ਦੁਕਾਨ ਚਲਾ ਰਹੇ ਹੋ ਇਹ ਜੋ ਰੇਹੜੀ ਆ ਇਹ ਵੀ ਉਹ ਕਿਰਾਏ 'ਤੇ ਤੁਸੀਂ ਕਿਹਾ ਕਿ ਇਹ ਚਲਾ ਰਹੇ ਹੋ ਪਰ ਮੈਨੇਜ ਕਿੱਦਾਂ ਕਰਦੇ ਹੋ ਸਭ ਕੁਝ ਫਿਰ ਇਹ ਬਸ ਬਾਬਾ ਜੀ ਜਿਹੜਾ ਮੈਨੇਜ ਕਰਾਈ ਜਾਂਦੇ ਆ ਉਸ ਤਰ੍ਹਾਂ ਕਿੱਥੇ ਆਪਾਂ ਤਾਂ ਬਸ ਉਹਨੇ ਕਿਹਾ ਵੀ ਮਿਹਨਤ ਤੇਰੀ ਰਹਿਮਤ ਮੇਰੀ ਬਸ ਉਹ ਕੰਮ ਆਪਾਂ ਕਰੀ ਜਾਂਦੇ ਹਾਂ ਬਾਕੀ ਫਲ ਉਹਦਾ ਉਹਨੇ ਕਿਹਾ ਮਿਹਨਤ ਕਰੀ ਜਾਓ ਫਲ ਆਪੇ ਦਊਗਾ ਹਾਂਜੀ ਅਤੇ ਕਦੀ ਕਿਸੇ ਰਿਸ਼ਤੇਦਾਰ ਨੇ ਆ ਕੇ ਬਾਂਹ ਫੜਨ ਦਾ ਨਹੀਂ ਸੋਚਿਆ ਜਾਂ ਜੇ ਗੱਲ ਕਰ ਲਈਏ ਕਿ ਸਕੂਲ ਦੀ ਤਾਂ ਸਕੂਲ ਦੇ ਵਿੱਚ ਜਾਂਦੇ ਹੋ ਜਾਂ ਯਾਰ ਦੋਸਤ ਜਾਂ ਕਦੀ ਕੋਈ ਗੱਲ ਨਹੀਂ ਕਰਦੇ ਕਿ ਤੂੰ ਆਪਣਾ ਇੱਕ ਕੰਮ ਕਰ ਰਿਹਾ ਕਿਵੇਂ ਕਰ ਰਿਹਾ ਜਾਂ ਕੋਈ ਨਾ ਕੋਈ ਵੱਖ ਵੱਖ ਤਰੀਕੇ ਦੀ ਗੱਲ ਵੀ ਸੁਣਨ ਨੂੰ ਮਿਲਦੀ ਹੋਊਗੀ ਗੱਲ ਸੁਣਨ ਨੂੰ ਤਾਂ ਬਥੇਰੀਆਂ ਮਿਲਦੀਆਂ ਵਾ ਪਰ ਮੇਰੇ ਯਾਰ ਹੈਗੇ ਉਹ ਮੈਨੂੰ ਪੂਰੀ ਸਪੋਰਟ ਕਰਦੇ ਵੈਸੇ ਤਾਂ ਅਤੇ ਬਾਕੀ ਐਡੀ ਕੋਈ ਗੱਲ ਨਹੀਂ ਆ ਰਿਸ਼ਤੇਦਾਰ ਤਾਂ ਵੈਸੇ ਵੀ ਨਾ ਕਦੀ ਖੜ੍ਹੇ ਜੇ ਅਤੇ ਨਾ ਹੀ ਕਦੀ ਖੜ੍ਹਦੇ ਜੇ ਅਤੇ ਬਾਕੀ ਜੋ ਵੀ ਕਰਨਾ ਪੈਣਾ ਉਹ ਆਪ ਹੀ ਕਰਨਾ ਪੈਣਾ ਇਸ ਕਰਕੇ ਆਪਣੇ ਕੰਮ
ये नहीं है भी अपन सोचना चाहिए भी ये काम छोटा कोई काम वड्डा कोई काम छोटा वड्डा नहीं दा ते बस काम नू लेके आगे बढ़ना चाहिए। बहुत वड्डी गल ईशांत अपना विशव तू कही है मेरा वीर, पर जेकर गल कर लीए कि घर के हालातों की तो कभी फादर साहब ने थोड़े जेडे फादर साहब है या छोटा भरा आ कभी उन्होंने मन के आए फादर साहब के मन च आए कि मेरे बच्चे निके निके काम कर रहे हैं कभी कोई गलबात चलती है घर के? उन्होंने वैसे कहा नहीं काम करना, उन्होंने मैं आप ही कहा ही पहला अपना मतलब सवेर के टाइम तो लाया था कड़ी चोल भिजा दूचा तो वो काम वो करते तो मैं पापा कहा भी आप एक काम मोमोज का काम भी शुरू करते हैं तो चल अपने रमान रोटी पानी निकल जा करूँगा तो इस करके फिर मैं ये गल की तो मेरा भरा छोटा कहता भी मैं भी नाल हेल्प कराया करूँगा तो करके फिर ये कहता मैं भी हेल्प कराया करूँगा फिर असं आह काम शुरू किया। हाँ जी बिल्कुल जिम्मे देख सकते हो जिस छोटे वीर की गल विशव ने दसी है ये आ ईशानजीत सिंह किवें वेख सकते हो कि अपने वड्डे वीर दे नाल काम करता है दिखाई दे रहा है। ईशान सब तो पहले तुसी दसो केड़ी क्लास च पढ़दे हो? मैं थर्ड क्लास विच पढ़दा। थर्ड क्लास च ते इत्थे काम करन दा किवें तुहानू लगदा वीर दे नाल? बहुत वधिया लगदा जी। बहुत वधिया सारा काम करदे हो नाल? हां जी नहीं इत्था सारा काम नहीं पाण इत्थों छोटी मोटी हेल्प करा देना। छोटी मोटी हेल्प करा देने? हां जी। ते स्कूल दे विच लगदा नहीं कि कोई खेडना आपां जां पढ़ना है आपां ते इधर काम क्यों आपां कर रहे हैं? हां जी आंदे आ दोस्त बुलाने है ना कई कई बार खेलते कि दो छुट्टी होंगी है रेडी चो उदो फिर खेल लेंगे कि दो कार्ड तो छुट्टी होंगी। हां जी अच्छा फिर खेलते हैं। ईशान जेकर पढ़ाई की गल करिए तो वड्डे होके की बनना चाहना पढ़ लिख के? मैं पायलट बनना चाहना जी। पायलट बनना चाहना? हां जी। ते पायलट बनन करके तू इत्थे काम कर रहे हैं? हां जी नहीं पायलट बनन करके नहीं पायलट ते पढ़ाई करांगे तो फिर ही है। अच्छा हां जी ਵਧੀਆ ਲੱਗਦਾ ਵੀਰ ਨਾਲ ਹੈਲਪ ਕਰਾ ਕੇ? ਹਾਂਜੀ ਬਹੁਤ ਵਧੀਆ ਲੱਗਦਾ ਜੀ। ਜੀ ਵਿਸ਼ਵ ਜਿਵੇਂ ਛੋਟਾ ਵੀਰ ਆ ਚਲੋ ਤੁਹਾਡੀ ਮਿਹਨਤ ਨੂੰ ਸਲਾਮ ਜਜ਼ਬੇ ਨੂੰ ਸਲਾਮ, ਪਰ ਜੇਕਰ ਇਸ ਦੇ ਨਾਲ ਗੱਲ ਕਰ ਲਈ ਕਿ ਤੁਸੀਂ ਫਿਰ ਗਾਂ ਕੀ ਕਿਵੇਂ ਜੋ ਕਿਉਂਕਿ ਫਿਊਚਰ ਦੇ ਵਿੱਚ ਬੜੇ ਵੱਡੇ ਸੁਪਨੇ ਹੁੰਦੇ ਨੇ ਬੱਚਿਆਂ ਦੇ ਹਰ ਇੱਕ ਬੱਚੇ ਦੇ ਕਾਫੀ ਵੱਡੇ ਸੁਪਨੇ ਹੁੰਦੇ ਨੇ ਤੁਸੀਂ ਕਿਵੇਂ ਵੇਖਦੇ ਹੋ ਆਪਣਾ ਫਿਊਚਰ? ਮੈਂ ਹਾਲੇ ਤਾਂ ਫਿਲਹਾਲ ਮਿਹਨਤ ਕਰੀ ਜਾਈਦੀ ਆ ਅਤੇ ਬਾਕੀ ਜੋ ਵੀ ਅੱਗੋਂ ਮੁਕਾਮ ਆ ਉਹਨੇ ਮੁਕਾਮ 'ਤੇ ਲੈ ਹੀ ਜਾਣਾ ਕਿਸੇ ਨਾ ਕਿਸੇ 'ਤੇ ਆਪਣੀ ਮਿਹਨਤ ਨਹੀਂ ਛੱਡਣੀ ਚਾਹੀਦੀ ਬਾਕੀ ਅਤੇ ਬਾਕੀ ਜੋ ਸੁਪਨੇ ਆ ਅਤੇ ਸੁਪਨਿਆਂ ਨੂੰ ਸੱਚ ਸੁਪਨੇ ਸੱਚ ਤਾਂ ਹੀ ਹੋਣੇ ਆ ਜੇ ਆਪਾਂ ਮਿਹਨਤ ਕਰਾਂਗੇ ਅਤੇ ਬਾਕੀ ਆਪਣੀ ਮਿਹਨਤ ਨਹੀਂ ਛੱਡਣੀ ਚਾਹੀਦੀ। ਅਤੇ ਜੇਕਰ ਹੁਣ ਤੁਹਾਡੀ ਇਸ ਦੁਕਾਨ ਦੀ ਗੱਲ ਕਰ ਲਈਏ ਤਾਂ ਕੀ ਵਰਾਇਟੀ ਜੋ ਦਰਸ਼ਕ ਦੇਖ ਰਹੇ ਨੇ ਉਹ ਵੀ ਦੇਖ ਸਕਣ ਕੀ ਕੁਛ ਤੁਸੀਂ ਇੱਥੇ ਸੇਲ ਕਰ ਰਹੇ ਹੋ? ਆਪਾਂ ਇੱਥੇ ਕਰਦੇ ਪਏ ਜੇ ਬੰਦ ਛੋਲੇ ਕਰਦੇ ਪਏ ਜੇ ਮੋਮੋਜ ਸਵੀਟ ਕੋਰਨ ਭਿੱਜਾ ਕੁਲਚਾ ਮੱਠੀ ਛੋਲੇ ਇਹ ਸਭ ਹੁੰਦਾ ਜੀ। ਪਿੱਛੇ ਕਰ ਲਓ ਪਾਣੀ ਪੈਣ ਦੇ ਦਿੰਦਾ ਜੀ। ਹਾਂਜੀ ਮਤਲਬ ਇਹ ਸਾਰਾ ਕੁਛ ਇੱਥੇ ਤੁਸੀਂ ਖੁਦ ਬਣਾਉਂਦੇ ਹੋ ਜਾਂ ਕੌਣ ਬਣਾਉਂਦਾ ਇੱਥੇ? ਇਹ ਨਾਲ ਅਸੀਂ ਵੀ ਬਣਾਈਦਾ ਅਤੇ ਨਾਲ ਮੰਮਾ ਪਾਪਾ ਵੀ। ਅੱਛਾ ਨਾਲ ਮੰਮੀ ਪਾਪਾ ਵੀ ਨਾਲ ਬਣਾਉਂਦੇ? ਹਾਂਜੀ ਚੱਲ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ। ਵਿਸ਼ਵ ਅਤੇ ਈਸ਼ਾਨ ਜਿਹੜੇ ਦੋਵੇਂ ਜੇ ਕਹਿ ਲਈਏ ਕਿ ਸਿੱਖੀ ਸਰੂਪ ਦੇ ਵਿੱਚ ਦੋਵੇਂ ਨਿੱਕੇ ਨਿੱਕੇ ਵੀਰ ਜੋ ਆਪਣੀ ਵੀ ਦੁਕਾਨ ਚਲਾਉਂਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਮਿਹਨਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਇਹੋ ਜਿਹੀ ਹੋਰ ਵੀ ਜੋ ਵੀਡੀਓਜ਼ ਆ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ, ਪਰ ਜਿਸ ਜਗ੍ਹਾ 'ਤੇ ਆਪਾਂ ਖੜ੍ਹੇ ਹਾਂ ਜਗ੍ਹਾ 'ਤੇ ਵੀ ਝਾਤ ਪਾ ਦਿੰਦੇ ਤੁਹਾਨੂੰ ਕਿ ਇਹ ਭਾਈ ਮਨ ਸਿੰਘ ਰੋਡ ਹੈ। ਭਾਈ ਮਨ ਸਿੰਘ ਰੋਡ ਚਾਟੀਵਿੰਡ ਨੂੰ ਪਿੰਡ ਨੂੰ ਜੋ ਜਾਣ ਵਾਲਾ ਰਸਤਾ ਹੈ ਤਾਂ ਉੱਥੇ ਇਹ ਦੋਵੇਂ ਵੀਰ ਜੋ ਆਪਣੇ ਕਿਰਤ ਦੀ ਕਮਾਈ ਜੋ ਕਰ ਰਹੇ ਨੇ ਅਤੇ ਸਲਾਮ ਹੈ ਇਹਨਾਂ ਦੋਵਾਂ ਵੀਰਾਂ ਨੂੰ ਕਿਉਂਕਿ ਜੇਕਰ ਗੱਲ ਕਰ ਲਈਏ ਕਿ ਗੁਰੂ ਸਾਹਿਬ ਦੇ ਸਾਹਮਣੇ ਜੋ ਜੇ ਕਹਿ ਸਕਦੇ ਹਾਂ ਕਿ ਸੱਚੀ ਨੀਤ ਦੇ ਨਾਲ ਜੋ ਕੰਮ ਕਰਦੇ ਹੋਏ ਮਿਹਨਤ ਕਰਦੇ ਹੋਏ ਦਿਖਾਈ ਦੇ ਰਹੇ ਨੇ, ਸੁਪਨਿਆਂ ਦੀ ਗੱਲ ਕਰੀਏ ਤਾਂ ਕਾਫੀ ਵੱਡੇ ਸੁਪਨੇ ਵੀ ਨਾਲ ਲੈ ਕੇ ਚੱਲ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਛੋਟੇ ਵੀਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਪਾਇਲਟ ਬਣੂੰਗਾ ਅਤੇ ਜੋ ਵੱਡਾ ਵੀਰ ਹੈ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਨੈਸ਼ਨਲ ਗੱਤਕਾ ਪਲੇਅਰ ਬਣਨਾ ਚਾਹੁੰਦਾ। ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਵੀਰਾਂ ਦੇ ਜੋ ਸੁਪਨੇ ਨੇ ਪੂਰੇ ਹੋਣਗੇ। ਬਣੇ ਰਹੋ ਜਗਬਾਣੀ ਟੀਵੀ 'ਤੇ ਇਹੋ ਜਿਹੀ ਹੋਰ ਵੀ ਵੀਡੀਓਜ਼ ਜੋ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਰ ਸੁਨਕ ਜਗਬਾਣੀ ਟੀਵੀ ਅੰਮ੍ਰਿਤਸਰ।